ਸਤ ਸ੍ਰੀ ਅਕਾਲ ਦੋਸਤੋ ਮੈਂ ਹਰਮਨ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਤੇ ਅੱਜ ਮੈਂ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਆਇਆ ਹਾਂ ਜਿਸ ਦੇ ਵਿੱਚ ਪੰਜਾਬ ਆਂਗਨਵਾੜੀ ਦੇ ਵਿੱਚ ਨਵੀਂ ਭਰਤੀ ਜਿਹੜੀ ਹੈ ਜੀ ਆਊਟ ਕਰ ਦਿੱਤੀ ਗਈ ਹੈ ਸੋ ਇਸ ਦੇ ਵਿੱਚ ਰਿਕਰੂਟਮੈਂਟ ਦਾ ਨੋਟੀਫਿਕੇਸ਼ਨ ਉਹਦੀ ਅਫੀਸ਼ੀਅਲ ਵੈਬਸਾਈਟ ਦੇ ਉੱਪਰ ਵੀ ਆਊਟ ਹੋ ਚੁੱਕਾ ਹੈ ਵਿਦ ਫਾਰਮ ਮੈਂ ਤੁਹਾਨੂੰ ਦੱਸਾਂਗਾ ਇਸ ਵਾਈ ਵੀਡੀਓ ਦੇ ਵਿੱਚ ਕਿੱਦਾਂ ਤੁਸੀਂ ਅਪਲਾਈ ਕਰਨਾ ਹੈ ਤੇ ਕੌਣ-ਕੌਣ ਇਹਦੇ ਲਈ ਅਪਲਾਈ ਕਰ ਸਕਦਾ ਹੈ ਵੀਡੀਓ ਨੂੰ ਐਂਡ ਤੱਕ ਤੁਸੀਂ ਪੂਰਾ ਜ਼ਰੂਰ ਦੇਖਣਾ ਹੈ ਜੀ ਤਾਂ ਮੈਂ ਸ਼ਿਉਰਿਟੀ ਦਿੰਦਾ ਤੁਹਾਨੂੰ ਇਹਗਾ ਪ੍ਰੋਸੈਸ ਤੁਸੀਂ ਕਿਦਾਂ ਅਪਲਾਈ ਕਰੋਗੇ ਤੇ ਕਿੱਥੋਂ ਤੁਹਾਨੂੰ ਫਾਰਮ ਡਾਊਨਲੋਡ ਕਰਨਾ ਹੈ ਜੀ ਔਰ ਅਗਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆ ਰਹੇ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੇ ਬਿਨਾ ਨਹੀਂ ਜਾਣਾ ਤੇ ਨਾਲ ਦੇ ਨਾਲ ਬੈਲ ਆਈਕਨ ਜਰੂਰ ਦਬਾ ਦੇਣਾ ਤਾਂਕਿ ਤੁਹਾਨੂੰ ਹਰ ਇੱਕ ਡਿਟੇਲ ਜਿਹੜੀ ਹੈ ਤੁਹਾਡੇ ਹੀ ਈਮੇਲ ਦੇ ਵਿੱਚ ਸਭ ਤੋਂ ਪਹਿਲਾਂ ਮਿਲ ਸਕੇ ਵੀਡੀਓ ਇਕ ਜਾਂ ਦੋ ਦਿਨ ਦੇ ਵਿੱਚ ਬੰਨ ਪਾਂਦੀਆਂ ਜਾਂ ਕਈ ਵਾਰੀ ਉਹ ਵੀ ਨਹੀਂ ਬੰਨ ਪਾਂਦੀਆਂ ਲੇਕਿਨ ਤੁਹਾਡੀ ਈਮੇਲ ਦੇ ਵਿੱਚ ਤੁਹਾਨੂੰ ਨੋਟੀਫਿਕੇਸ਼ਨ ਪੋਸਟ ਦਾ ਮਿਲ ਜਾਇਆ ਕਰੇਗਾ ਤੁਸੀਂ ਚੈੱਕ ਕਰਕੇ ਉੱਥੋਂ ਅਪਲਾਈ ਕਰ ਪਾਉਗੇ ਤੇ ਚਲੋ ਹੁਣ ਮੈਂ ਤੁਹਾਨੂੰ ਲੈ ਚੱਲਦਾ ਜੀ ਅਫੀਸ਼ੀਅਲ ਡਿਟੇਲ ਦੇ ਉੱਤੇ ਤੇ ਨਾਲ ਦੀਆਂ ਦੱਸਣਾ ਚਾਹਨਾ ਹੈ ਅਗਰ ਤੁਸੀਂ ਕਿਸੇ ਵੀ ਗਵਰਨਮੈਂਟ ਜੌਬ ਦੀ ਤਿਆਰੀ ਕਰ ਰਹੇ ਹੋ ਉਹਦੇ ਲਈ ਤੁਹਾਨੂੰ ਜਿਹੜਾ ਸਟੱਡੀ ਮਟੀਰੀਅਲ ਹੈ ਸਾਡੀ ਵੈਬਸਾਈਟ ਤੇ ਵੀ ਮਿਲ ਜੇਗਾ ਔਰ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਬਾਕੀ ਦੇ ਵਿੱਚ ਮੈਂ ਲਿੰਕ ਵੀ ਦੇ ਦਾਂਗਾ ਤੁਸੀਂ ਉਥੋਂ ਡਾਊਨਲੋਡ ਕਰਕੇ ਤਿਆਰੀ ਕਰ ਸਕਦੇ ਹੋ ਇਹ ਪੀਡੀਐਫ ਰੂਪ ਦੇ ਵਿੱਚ ਹੈਗਾ ਤੇ ਤੁਸੀਂ ਚੈੱਕ ਕਰਨਾ ਹੈ ਦੇ ਨਾਲ ਦੇ ਨਾਲ ਉੱਥੇ ਚੈੱਕ ਕਰਕੇ ਅਪਲਾਈ ਕਰ ਲੈਣਾ ਹੈ ਜੀ ਸੋ ਇਹ ਸਾਡੀ ਜਿਹੜੀ ਨੋਟੀਫਿਕੇਸ਼ਨ ਹੈ ਉਹ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਮੋਟੀਵੇਸ਼ਨ ਮਿਲਦੀ ਹੈ ਜੀ ਸਾਨੂੰ ਤੁਹਾਡੇ ਲਈ ਨਵੀਂ-ਨਵੀਂ ਵੀਡੀਓ ਬਣਾਉਣ ਲਈ ਚਲੋ ਹੁਣ ਤੁਹਾਨੂੰ ਲੈ ਚੱਲਦੇ ਹਾਂ ਜੀ ਸਭ ਤੋਂ ਪਹਿਲਾਂ ਫਾਰਮ ਕਿਦਾਂ ਫਿਲ ਕਰਨਾ ਹੈ ਤੁਸੀਂ ਆਫਲਾਈਨ ਫਾਰਮ ਫਿਲ ਕਰਕੇ ਸੈਂਡ ਕਰਨਾ ਹੈ ਜੀ ਇਹਨਾਂ ਦੇ ਦਿੱਤੇ ਗਏ ਐਡਰੈਸ ਦੇ ਉੱਪਰ ਤੇ ਸਭ ਤੋਂ ਪਹਿਲਾਂ ਇਹ ਤੁਸੀਂ ਐਪਲੀਕੇਸ਼ਨ ਫਾਰਮ ਜਿਹੜਾ ਹੈ ਉਹ ਦੇਖ ਪਾ ਰਹੇ ਹੋ ਜਿਹਦੇ ਵਿੱਚ ਤੁਸੀਂ ਸਭ ਤੋਂ ਪਹਿਲਾਂ ਆਪਣੀ ਫੋਟੋ ਇੱਥੇ ਅਟੈਚ ਕਰਨੀ ਹੈ ਜਿਹੜੀ ਕਿ ਤੁਹਾਡੀ ਪਾਸਪੋਰਟ ਸਾਈਜ਼ ਰੀਸੈਂਟ ਖਿਚਵਾਈ ਹੋ ਔਰ ਪਲੱਸ ਉਸ ਤੋਂ ਬਾਅਦ ਜਿਹੜੀ ਪੋਸਟ ਲਈ ਤੁਸੀਂ ਅਪਲਾਈ ਕਰ ਰਹੇ ਇੱਥੇ ਤੁਸੀਂ ਪੋਸਟ ਨੇਮ ਮੈਂਸ਼ਨ ਕਰ ਦੇਣਾ ਹੈ ਉਸ ਤੋਂ ਬਾਅਦ ਤੁਹਾਡਾ ਆਪਣਾ ਨਾਮ ਤੁਹਾਡੀ ਡੇਟ ਆਫ ਬਰਥ ਜੋ ਕਿ ਤੁਹਾਡੀ ਡੇਟ ਆਫ ਬਰਥ ਸਰਟੀਫਿਕੇਟ ਦੇ ਅਕੋਰਡਿੰਗਲੀ ਹੋਏਗੀ ਉਸ ਤੋਂ ਬਾਅਦ ਤੁਹਾਡਾ ਜੈਂਡਰ ਉਸ ਤੋਂ ਬਾਅਦ ਤੁਹਾਡਾ ਮੈਰਿਟਲ ਸਟੇਟਸ ਔਰ ਦਨ ਤੁਹਾਡਾ ਫਾਦਰ ਨੇਮ ਬਲੌਕ ਲੈਟਰ ਇਹ ਤੁਸੀਂ ਕੋਸ਼ਿਸ਼ ਕਰਨੀ ਹੈ ਕਿ ਪੂਰਾ ਜਿਹੜਾ ਫਾਰਮ ਹੈ ਤੁਸੀਂ ਬਲੌਕ ਲੈਟਰਸ ਦੇ ਵਿੱਚ ਹੀ ਫਿਲ ਕਰੋ ਉਸ ਤੋਂ ਬਾਅਦ ਤੁਸੀਂ ਆਪਣਾ ਪੋਸਟਲ ਐਡਰੈਸ ਲਿਖਣਾ ਹੈ ਜੀ ਉਸ ਦੇ ਨਾਲ-ਨਾਲ ਕੰਟੈਕਟ ਨੰਬਰ ਤੇ ਪਲੱਸ ਈਮੇਲ ਆਈਡੀ ਜਿੱਦੈ ਤੁਸੀਂ ਈਮੇਲ ਆਈਡੀ ਤੇ ਕੰਟੈਕਟ ਨੰਬਰ ਜਿਹੜਾ ਹੈ ਉਹ ਪੂਰੀ ਸਹੀ ਤਰ੍ਹਾਂ ਫਿਲ ਕਰਨਾ ਹੈ ਗਲਤੀ ਨਹੀਂ ਹੋਣੀ ਚਾਹੀਦੀ ਇਹਦੇ ਵਿੱਚ ਕੋਈ ਵੀ ਨੈਕਸਟ ਫਰਦਰ ਕਮਿਊਨੀਕੇਸ਼ਨ ਕੋਈ ਵੀ ਤਰ੍ਹਾਂ ਦੀ ਹੋਏਗੀ ਤਾਂ ਇਹਨਾਂ ਦੋਨੋਂ ਮੀਡੀਅਮ ਦੇ ਥਰੂ ਹੀ ਤੁਹਾਨੂੰ ਹੁੰਦੀ ਹੈ ਜੀ ਨੈਕਸਟ ਅਸੀਂ ਗੱਲ ਕਰਦੇ ਹਾਂ ਇਹਦੇ ਵਿੱਚ ਐਜੂਕੇਸ਼ਨ ਕੁਆਲੀਫਿਕੇਸ਼ਨ ਦੀ ਇਹਦੇ ਵਿੱਚ ਤੁਸੀਂ ਉਹੀ ਐਗਜ਼ਾਮੀਨੇਸ਼ਨ ਸੌਰੀ ਕੁਆਲੀਫਿਕੇਸ਼ਨ ਮੈਂਸ਼ਨ ਕਰਨੀ ਹੈ ਜਿਹੜੀ ਤੁਹਾਡੀ ਪਲੱਸ 2 ਜਾਂ ਪਲੱਸ 2 ਤੋਂ ਅਬਾਉਟ ਤੁਸੀਂ ਕੀਤੀ ਹੋਈ ਹੈ ਉਸ ਤੋਂ ਬਾਅਦ ਨੈਕਸਟ ਅਸੀਂ ਗੱਲ ਕਰਦੇ ਹਾਂ ਇਸ ਦੇ ਵਿੱਚ ਤੁਹਾਡੀ professionl experience ਅਗਰ ਤੁਹਾਨੂੰ ਕੋਈ ਵੀ ਐਕਸਪੀਰੀਅੰਸ ਹੈ ਕਿਸੇ ਵੀ ਤਰ੍ਹਾਂ ਦਾ ਚਾਹੇ ਕਿਸ एनजीओ ਦਾ ਤਾਂ ਤੁਸੀਂ ਇੱਥੇ ਜਿਹੜਾ ਉਹ ਲਿਖਣਾ ਪਾਰਟ ਟਾਈਮ ਆ ਤਾਂ ਪਾਰਟ ਟਾਈਮ ਔਰ ਐਗਜ਼ੈਕਟ ਡੇਟ ਤੋਂ ਲਿਖਣਾ ਹੈ ਜਿਸ ਡੇਟ ਤੋਂ ਤੁਸੀਂ ਸ਼ੁਰੂ ਕਰਕੇ ਜਿਸ ਡੇਟ ਤੋਂ ਐਂਡ ਕੀਤਾ ਉਹਦਾ ਪ੍ਰੂਫ ਤੁਹਾਡੇ ਕੋਲ ਹੋਣਾ ਜ਼ਰੂਰੀ ਹੈ ਜੀ ਕਿਉਂਕਿ ਤਾਂ ਹੀ ਤੁਹਾਡਾ ਉਹ ਕਾਊਂਟ ਹੋਏਗਾ ਕਿ ਤੁਸੀਂ ਐਕਸਪੀਰੀਅੰਸ ਰੋ ਉਸ ਤੋਂ ਬਾਅਦ ਨੀਚੇ ਵੀ ਤੁਸੀਂ ਮੈਂਸ਼ਨ ਕਰ ਸਕਦੇ ਹੋਗਾ ਰਿਕ ਤੋਂ ਜ਼ਿਆਦਾ ਹੈ ਤਾਂ ਉਸ ਤੋਂ ਬਾਅਦ ਨੈਕਸਟ ਤੁਸੀਂ ਆਪਣੇ ਤੇ ਸਿਗਨੇਚਰ ਕਰਨੇ ਹੈ ਜੀ ਔਰ ਉਸ ਤੋਂ ਬਾਅਦ ਇੱਥੇ ਡੇਟ ਔਰ ਪਲੇਸ ਲਿਖ ਦੇਣੀ ਹੈ ਨੀਚੇ ਵਾਲਾ ਸੈਕਸ਼ਨ ਜਿਹੜਾ ਆਫਿਸ ਜੂਸ ਲਈ ਹੈ ਤੁਸੀਂ ਇੱਥੇ ਯੂਸਲੀ ਇਹ ਕੁਝ ਵੀ ਨਹੀਂ ਕਰਨਾ ਇੱਥੇ ਆਪਣਾ ਸੈਲਫ ਟੈਸਟਿਫਾਈਡ ਕਰਕੇ ਇਹ ਵਾਲਾ ਫਾਰਮ ਜਿਹੜਾ ਤੁਸੀਂ ਸੈਂਡ ਕਰਦੇ ਨਾ ਦਿੱਤੇਗੇ ਐਡਰੈਸ ਦੇ ਉੱਪਰ ਆਊਟ ਕੀਤਾ ਗਿਆ ਉਹ ਤੁਸੀਂ ਦੇਖ ਪਾ ਰਹੇ ਹੋ ਜੀ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਭਾਗ ਵਿਕਾਸ ਵਿਭਾਗ ਚੰਡੀਗੜ੍ਹ ਵੱਲੋਂ ਇਸ ਦੇ ਵਿੱਚ ਉਹਨਾਂ ਨੇ ਆਪਣੀ ਈਮੇਲ ਆਈਡੀ ਵੀ ਮੈਂਸ਼ਨ ਕੀਤੀ ਹੋਈ ਜਿਹੜੀ ਤੁਸੀਂ ਦੇਖ ਪਾ ਰਹੇ ਹੋ ਭਰਤੀ ਸੰਬੰਧੀ ਇਸ਼ਤਿਹਾਰ ਹੈ ਜੀ ਇਸ ਦੇ ਵਿੱਚ ਉਹਨਾਂ ਨੇ ਮੈਂਸ਼ਨ ਕੀਤਾ ਹੋਇਆ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਦੇ ਵਿੱਚ ਰੂਪਨਗਰ ਦੀ ਹੇਟ ਲਿਖੀ ਸਾਮੀ ਲਈ ਉਸ ਦੇ ਸਾਹਮਣੇ ਦਰਸਾਈ ਤਨਖਾਹ ਅਤੇ ਯੋਗਤਾ ਦੇ ਆਧਾਰ ਤੇ ਕੈਂਡੀਡੇਟ ਦੀ ਲੋੜ ਹੈ ਇਸ ਦੇ ਵਿੱਚ ਉਹਨਾਂ ਨੇ ਜਿਹੜਾ 15 ਦਿਨ ਦਾ ਟਾਈਮ ਦਿੱਤਾ ਹੋਇਆ ਹੈ ਜਿੱਦਾਂ ਨੋਟੀਫਿਕੇਸ਼ਨ ਰਿਲੀਜ਼ ਕੱਲ ਹੋਇਆ ਸੀਗਾ ਤਾਂ ਕੱਲ ਤੋਂ ਲੈ ਕੇ 15 ਦਿਨ ਦੇ ਅੰਦਰ ਉਹ ਤੁਸੀਂ ਜਿਹੜਾ ਜੀ ਏ ਇਹਨਾਂ ਨੂੰ ਫਾਰਮ ਭਰ ਕੇ ਉਹਨਾਂ ਦੇ ਦਿੱਤੇ ਗਏ ਐਡਰੈਸ ਦੇ ਉੱਪਰ ਸੈਂਡ ਕਰਨਾ ਹੈ ਜੀ ਉਸ ਤੋਂ ਬਾਅਦ ਤੁਸੀਂ ਫਾਰਮ ਜਿਹੜਾ ਹੈ ਮੈਂ ਤੁਹਾਨੂੰ ਲਿੰਕ ਵੀ ਦੇ ਦਾਂਗਾ ਡਾਇਰੈਕਟ ਨਹੀਂ ਤਾਂ ਤੁਸੀਂ ਇਹਨਾਂ ਦੀ ਵੈਬਸਾਈਟ rupnagar.nic.in ਰਿਕਰੂਟਮੈਂਟ ਸੈਕਸ਼ਨ ਵਿੱਚ ਜਾ ਕੇ ਉੱਥੋਂ ਡਾਊਨਲੋਡ ਕਰ ਸਕਦੇ ਹੋ ਜੀ ਇਹ ਜਿਹੜੀ ਭਰਤੀ ਆਊਟ ਹੋਈ ਹੈ ਜੀ ਬਾਦ ਸੁਰੱਖਿਆ ਅਫਸਰ ਨਾਨ ਇੰਸਟੀਚੂਨਲ ਕੇਅਰ ਜੋ ਕਿ ਇੱਕ ਭਰਤੀ ਹੈ 21 ਤੋਂ ਲੈ ਕੇ 37 ਸਾਲ ਦੇ ਕੈਂਡੀਡੇਟ ਨੇ ਐਲੀਜੀਬਲ ਨੇ ਅਪਲਾਈ ਕਰ ਸਕਦੇ ਨੇ 21000 ਤੁਹਾਡੀ ਲੰਮਸਮ ਜਿਹੜੀ ਹੈ ਜੀ ਤਨਖਾਹ ਇਸ ਵਿੱਚ ਰਹਿਣ ਵਾਲੀ ਹੈ ਜੀ ਇਸ ਦੇ ਵਿੱਚ ਤੁਸੀਂ ਜਿਹੜੀ ਹੈ ਮਾਸਟਰ ਡਿਗਰੀ ਕੀਤੀ ਹੋਈ ਸੋਸ਼ ਠੀਕ ਹੈ ਜੀ ਚਾਈਲਡ ਡਿਵੈਲਪਮੈਂਟ ਵਿੱਚ ਘੱਟੋ ਘੱਟ 55% ਨੰਬਰ ਦੇ ਨਾਲ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਪਾਸ ਹੋਣਾ ਚਾਹੀਦਾ ਹੈ ਲਾਜ਼ਮੀ ਹੈ ਜੀ ਔਰ ਤੁਹਾਨੂੰ ਘੱਟੋ ਘੱਟ 3 ਸਾਲ ਦਾ ਅਗਰ ਐਕਸਪੀਰੀਅੰਸ ਹੈਗਾ ਤਾਂ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ ਔਰ 120 ਘੰਟੇ ਦਾ ਤੁਸੀਂ ਕੰਪਿਊਟਰ ਕੋਰਸ ਕੀਤਾ ਹੋਇਆ ਹੈ ਤਾਂ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਇਹਦੇ ਵਿੱਚ 10ਵੀਂ ਤੁਹਾਡੀ ਜਿਹੜੀ ਆ ਪੰਜਾਬੀ ਵਿਸ਼ੇ ਦੇ ਨਾਲ ਪਾਸ ਹੋਣੀ ਬਹੁਤ ਜ਼ਰੂਰੀ ਹੈ ਉਹ ਤੁਸੀਂ ਚੈੱਕ ਕਰਕੇ ਫਿਰ ਹੀ ਅਪਲਾਈ ਕਰਨਾ ਜੀ ਇਹਨਾਂ ਦਾ ਐਡਰੈਸ ਫਾਰਮ ਸਭ ਕੁਝ ਇੱਥੇ ਮੈਂਸ਼ਨ ਹੈ ਤੁਸੀਂ ਚੈੱਕ ਕਰਕੇ ਡਾਊਨਲੋਡ ਕਰਕੇ ਅਪਲਾਈ ਕਰ ਲੈਣਾ ਅਗਰ ਤੁਸੀਂ ਐਲੀਜੀਬਲ ਹੋ ਵੀਡੀਓ ਨੂੰ ਲਾਈਕ ਕਰ ਦਿਓ ਜੀ ਔਰ ਹੋਰ ਜਾਣਕਾਰੀ ਦੇ ਲਈ ਤੁਸੀਂ ਸਾਡੀ ਵੈਬਸਾਈਟ www.clue.com ਤੇ ਜ਼ਰੂਰ ਨਾਲ ਜਾ ਕੇ ਚੈੱਕ ਕਰ ਲੈਣਾ ਮੈਂ ਤੁਹਾਨੂੰ ਮਿਲਾਂਗਾ ਹੁਣ ਨਵੀਂ ਵੀਡੀਓ ਦੇ ਨਾਲ ਨਵੀਂ ਜਾਣਕਾਰੀ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ ਜੀ